ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ, ਥੋੜੀ ਜਿਹੀ ਅੱਗ ਉਹਨਾਂ ਨੂੰ ਦਿਖੀ, ਭੱਜੇ ਫਟਾਫਟ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਦੇ ਚੱਲਦਿਆਂ ਆਏ ਦਿਨ ਕਿਤੇ ਨਾ ਕਿਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਹੀ ਜਾਂਦੀਆਂ ਨੇ। ਹਾਲ ਹੀ ਦੇ ਵਿੱਚ ਲੁਧਿਆਣਾ ਦੇ ਮੋਤੀਨਗਰ ਘਰਾਂ ਵਿੱਚ ਜਗਦੰਬੇ ਨੈੱਟਵੇਅਰ ਦੇ ਖੇਤਰ ਦੇ ਵਿੱਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗਣ ਕਰਕੇ ਹਫੜਾ ਤਫੜੀ ਮੱਚ ਗਈ, ਜਿਸ ਤੋਂ ਬਾਅਦ 5 ਅੱਗ ਬੁਝਾਊ ਦਸਤੇ ਮੌਕੇ ਉੱਤੇ ਪਹੁੰਚੇ ਅਤੇ ਬਹੁਤ ਹੀ ਮੁਸ਼ਕਲ ਤੋਂ ਬਾਅਦ ਉਹਨਾਂ ਨੇ ਅੱਗ ਉੱਤੇ ਕਾਬੂ ਪਾਇਆ। ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਫੈਕਟਰੀ ਦੇ ਵਿੱਚ ਪਈਆਂ ਹੋਈਆਂ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਅਤੇ ਸਟਾਕ ਸੜ ਕੇ ਜ਼ਰੂਰ ਸਵਾਹ ਹੋ ਗਿਆ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਬਿਜਲੀ ਦੀਆਂ ਤਾਰਾਂ 'ਤੇ ਸ਼ਾਰਟ ਸਰਕਟ ਕਰਕੇ ਫੈਕਟਰੀ ਦੇ ਵਿੱਚ ਇਹ ਅੱਗ ਲੱਗੀ ਹੈ। ਇਸ ਸੰਬੰਧੀ ਫੈਕਟਰੀ ਦੇ ਮਾਲਕ ਤੇ ਫਾਇਰ ਅਫਸਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਅੱਗ ਲਗਭਗ ਸ਼ਾਮ 6:30 ਵਜੇ ਦੇ ਕਰੀਬ ਲੱਗੀ ਸੀ, ਜਿਸ ਤੋਂ ਬਾਅਦ ਤੁਰੰਤ ਨੇੜੇ ਤੇੜੇ ਦੀਆਂ ਫੈਕਟਰੀਆਂ ਤੋਂ ਫਾਇਰ ਸਿਲੰਡਰ ਇਕੱਠੇ ਕਰਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅੱਗ ਬੁਝਾਊ ਅਮਲਿਆਂ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ਬੁਝਾਊ ਦਸਤਿਆਂ ਦੀਆਂ ਗੱਡੀਆਂ ਆ ਗਈਆਂ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ। ਫੈਕਟਰੀ ਮਾਲਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਟੀ ਸ਼ਰਟਸ ਬਣਾਈਆਂ ਜਾ ਰਹੀਆਂ ਸਨ ਅਤੇ ਹਾਦਸੇ ਵੇਲੇ ਕਈ ਵਰਕਰ ਅੰਦਰ ਕੰਮ ਕਰ ਰਹੇ ਸਨ, ਪਰ ਸਮਾਂ ਰਹਿੰਦਿਆਂ ਹੀ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ, ਜਿਸ ਕਰਕੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰਿਆਂ ਨੂੰ ਬਚਾ ਲਿਆ ਗਿਆ। 6:25 ਤੇ ਟੈਲੀਫੋਨ ਆਇਆ ਸੀਗਾ ਕਿ ਮੋਤੀ ਨਗਰ ਦੇ ਵਿੱਚ ਨਹਿਰੂ ਕਲੋਨੀ ਦੇ ਵਿੱਚ ਅੱਗ ਲੱਗੀ ਹੈ, ਅਸੀਂ 4 ਗੱਡੀਆਂ ਲੈ ਕੇ ਇੱਥੇ ਆਏ ਹਾਂ ਅਤੇ ਅੱਗ 'ਤੇ ਕਾਬੂ ਪਾਇਆ। ਇਹ ਜਿਹੜੀ ਅੱਗ ਹੈਗੀ ਆ ਜਗਦੰਬੇ ਨਿੰਟ ਫੈਬ ਦੇ ਵਿੱਚ ਸੀਗੀ। ਹਾਂਜੀ, ਕਾਬੂ ਪਾ ਲਿਆ। ਗੱਡੀਆਂ 5 ਗੱਡੀਆਂ ਲੱਗ ਗਈ, ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੈ। ਨੈੱਟਵੇਅਰ ਇਹ ਤਾਂ ਲੇਬਰ ਅੰਦਰ ਕੰਮ ਕਰ ਰਹੀ ਸੀ, ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ, ਥੋੜ੍ਹੀ ਜਿਹੀ ਅੱਗ ਉਹਨਾਂ ਨੂੰ ਦਿਖੀ, ਭੱਜੇ ਫਟਾਫਟ ਬੁਝਾਉਣ ਦੀ ਕੋਸ਼ਿਸ਼ ਕੀਤੀ ਸਾਰੀਆਂ ਫੈਕਟਰੀਆਂ ਤੋਂ। ਅਸੀਂ ਆਲੇ ਦੁਆਲੇ ਬਹੁਤ ਸਾਰੇ ਸਿਲੰਡਰ, ਅਸੀਂ 10-15 ਸਿਲੰਡਰ ਇੱਕਦਮ ਲੈ ਕੇ ਪਹੁੰਚੇ ਹਾਂ, ਅਸੀਂ ਸਾਰੇ ਉਹਦੇ 'ਤੇ ਖਾਲੀ ਕੀਤੇ ਹਾਂ, ਪਰ ਲੇਕਿਨ ਟੀ ਸ਼ਰਟ ਬਣਦੀ ਸੀ ਉਹਦੇ 'ਚ ਪਿਸਟਲ ਫੈਬਰਿਕ ਪਿਆ ਸੀ, ਉਹਨੂੰ ਅੱਗ ਫੜਦੀ ਚਲੀ ਗਈ, ਅੱਗੇ ਵਧੀ ਗਈ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ, ਨਹੀਂ ਕਿਸੇ ਨੂੰ 60 ਫੇਟ ਨਹੀਂ ਲੱਗੀ। ਹਾਂਜੀ ਹਾਂ, ਪਹਿਲੀ ਗੱਡੀ ਨੂੰ ਥੋੜ੍ਹਾ ਜਿਹਾ ਟਾਈਮ ਸੀਗਾ, ਬਿਲਕੁਲ ਟਾਈਮ 'ਤੇ ਆ ਗਏ ਸੀ ਅੱਜ। ਇਹ ਅੰਦਾਜ਼ਾ ਜੀ 6 ਦੇ ਆਸ ਪਾਸ ਲੱਗੇ ਜੀ। ਕੋਈ ਦਿੱਕਤ ਇਹ ਸੀ, ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਫਾਇਰ ਟੈਂਡਰ ਅੱਗੇ ਤੱਕ ਨਹੀਂ ਆ ਪਾਏ, ਅਸੀਂ ਪੌੜੀ ਨਹੀਂ ਲੱਗ ਪਾਈ ਉੱਥੇ ਸਾਡੇ ਕੋਲ। ਅਸੀਂ ਇਹਨਾਂ ਨੂੰ ਬਿਜਲੀ ਬੋਰਡ ਨੂੰ ਕਈ ਵਾਰ ਅਸੀਂ ਰਿਕੁਐਸਟ ਕੀਤੀ ਹੋਈ ਸੀਗੀ ਕਿ, ਔਰ ਸਾਡਾ ਐਸਟੀਮੇਟ ਪਾਸ ਹੋਇਆ ਹੋਇਆ, ਅੰਦਾਜ਼ਾ 8 ਦੇ ਕਰੀਬ ਹੋ ਗਏ ਹੋਏ ਹਾਂ, ਪਰ ਲੇਕਿਨ ਇਹ ਖੰਭੇ ਚੇਂਜ ਹੋਣੇ ਸੀ, ਤਾਰਾਂ ਉੱਚੀਆਂ ਹੋਣੇ ਸੀ, ਨਹੀਂ ਹੋ ਗਈਆਂ, ਉਸ ਕਰਕੇ ਫਾਇਰ ਟੈਂਡਰ ਅੱਗੇ ਤੱਕ ਨਹੀਂ ਆ ਪਾਏ। ਇੱਦਾਂ ਜੀ, ਜਿੰਨਾ ਸਟਾਕ ਸੀਗਾ ਸਾਰੇ ਦਾ ਸਾਰਾ ਖਤਮ ਹੋ ਗਿਆ, ਕੋਈ ਮਸ਼ੀਨ ਨਹੀਂ ਬਚੀ, ਕੋਈ ਸਟਾਕ ਦੇ ਵਿੱਚੋਂ ਦੀ ਕੋਈ ਧਾਗਾ ਨਹੀਂ ਬਚਿਆ। ਲੱਖਾਂ ਦਾ ਜੀ, ਕਰੋੜ ਦੇ ਆਸ ਪਾਸ ਦਾ ਨੁਕਸਾਨ ਹੋ ਸਕਦਾ। ਗੁਰਪਿਆਰੇ, ਪੂਰੇ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਵਧ ਰਹੀ ਹੈ, ਹਰ ਪਾਸੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਫੈਕਟਰੀਜ਼ ਦੇ ਵਿੱਚ ਜਿੱਥੇ ਇੱਕ ਪਾਸੇ ਸ਼ਾਰਟ ਸਰਕਟ ਦਾ ਡਰ ਰਹਿੰਦਾ, ਉੱਥੇ ਹੀ ਕਿਤੇ ਛੋਟੀ ਜਿਹੀ ਚਿੰਗਾਰੀ ਭਿਆਨਕ ਅੱਗ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਕਰਕੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਜਿਹੀ ਵਰਦੀ ਹੋਈ ਗਰਮੀ ਦੇ ਵਿੱਚ ਅਸੀਂ ਆਪ ਥੋੜ੍ਹੇ ਜਿਹੇ ਜ਼ਿਆਦਾ ਸੁਚੇਤ ਰਹੀਏ, ਤਾਂ ਜੋ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ। ਖਾਸ ਕਰਕੇ ਫੈਕਟਰੀ ਮਾਲਕਾਂ ਨੂੰ ਚਾਹੀਦਾ ਹੈ ਕਿ ਫੈਕਟਰੀਆਂ ਦੇ ਉੱਤੇ ਪਲ ਪਲ ਨਜ਼ਰ ਰੱਖੀ ਜਾਵੇ, ਸੀਸੀਟੀਵੀ ਕੈਮਰਿਆਂ ਦੇ ਉੱਤੇ ਪਲ ਪਲ ਨਜ਼ਰ ਰੱਖੀ ਜਾਵੇ, ਤਾਂ ਜੋ ਕਿਸੇ ਵੀ ਕੋਨੇ ਦੇ ਉੱਤੇ ਕਿਸੇ ਵੀ ਤਰ੍ਹਾਂ
ਦੀ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਤਾਂ ਜੋ ਤੁਹਾਨੂੰ ਕਰੋੜਾਂ ਰੁਪਏ ਦਾ ਨੁਕਸਾਨ ਨਾ ਹੋਵੇ। ਉਮੀਦ ਕਰਦਾ ਤੁਸੀਂ ਸਭ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੋਗੇ, ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।